ਸਸਿਕਾਲ ਜੀ ਤੁਹਾਡਾ ਸਵਾਗਤ ਹੈ ਐਨਕੇਐਨ ਟੀਵੀ ਤੇ ਮੈਂ ਰਾਜੇਸ਼ ਅਲੂਣਾ ਪਿੰਡਾਂ ਦੇ ਵਿਕਾਸਾਂ ਨੂੰ ਲੈ ਕੇ ਜਿਹੜਾ ਆ ਉਹ ਦੀਨਾਨਗਰ ਦੇ ਵਿੱਚ ਜਿਹੜਾ ਬੜੀ ਤੇਜ਼ੀ ਦੇ ਨਾਲ ਜਿਹੜਾ ਆ ਉਹ ਕੰਮ ਕੀਤਾ ਜਾ ਰਿਹਾ ਹੈ ਜੇ ਗੱਲ ਕਰੀਏ ਦੀਨਾਨਗਰ ਦੀ ਦੀਨਾਨਗਰ ਦੇ ਵਿੱਚ ਅਸੀਂ ਇੱਕ ਪਿੰਡ ਦੇ ਵਿੱਚ ਇਸ ਟਾਈਮ ਤੇ ਜਿਹੜਾ ਉਹ ਖੜੇ ਆ ਸ਼ਾਮ ਦੇ ਤਕਰੀਬਨ ਜਿਹੜੇ ਨੇ ਉਹ 8 ਵਜੇ ਦੇ ਕਰੀਬ ਨੇ ਔਰ ਗੱਲ ਕਰੀਏ ਕਿ ਸ਼ਹਿਰ ਦੇ ਵਿੱਚ ਜਿਹੜੇ ਵਿਕਾਸ ਕੀਤੇ ਜਾਂਦੇ ਨੇ ਉਹ ਜਿਹੜੇ ਨੇ ਉਹ ਲੱਭਦੇ ਨੇ ਪਰ ਕਿਤੇ ਨਾ ਕਿਤੇ ਉੱਥੋਂ ਜਿਹੜੀਆਂ ਮਤਲਬ ਜੋ ਮੌਜੂਦਾ ਜਿਹੜੀ ਸਰਕਾਰਾਂ ਨੇ ਉਹ ਕਹਿੰਦੀਆਂ ਨੇ ਜੀ ਅਸੀਂ ਪਿੰਡ ਦੇ ਵਿੱਚ ਵੀ ਵਿਕਾਸ ਕੀਤੇ ਨੇ ਉਹ ਫਲਾਣੀ ਥਾਂ ਜਿਹੜੇ ਵਿਕਾਸ ਕੀਤੇ ਨੇ ਪਰ ਉਹ ਜਿਹੜੇ ਆ ਉਹੀ ਚੀਜ਼ ਨੂੰ ਜਿਹੜਾ ਮੱਦੇਨਜ਼ਰ ਰੱਖਦੇ ਹੋਏ ਅੱਜ ਸਾਡੀ ਟੀਮ ਜਿਹੜੀ ਐਨਕੇਐਨ ਦੀ ਟੀਮ ਜਿਹੜੀ ਹੈ ਉਹ ਦੀਨਾਨਗਰ ਦੇ ਪਿੰਡ ਚੌਂਤਾ ਦੇ ਵਿੱਚ ਪਹੁੰਚੀ ਹੈ ਕਿਉਂਕਿ ਬੀਤੇ ਦਿਨੀ ਜਿਹੜਾ ਹੈ ਇੱਕ ਇੱਥੋਂ ਦੇ ਜਿਹੜੇ ਜੋ ਕਾਂਗਰਸੀ ਜੋ ਵਿਧਾਇਕ ਪਲੱਸ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਉਹਨਾਂ ਵੱਲੋਂ ਜਿਹੜਾ ਆ ਇੱਕ ਮੈਸੇਜ ਜਿਹੜਾ ਸੀ ਉਹ ਕਨਵੇ ਕੀਤਾ ਗਿਆ ਸੀ ਕਿ ਵਿਕਾਸ ਦੇ ਕੰਮਾਂ ਦੀ ਜਿਹੜਾ ਉਹ ਜਿਹੜਾ ਵੇਰਵਾ ਦਿੱਤਾ ਗਿਆ ਸੀ ਉਸੇ ਵੇਰਵੇ ਨੂੰ ਜਿਹੜਾ ਮੱਦੇਨਜ਼ਰ ਰੱਖਦੇ ਹੋਏ ਜਿਹੜਾ ਆ ਅਸੀਂ ਅੱਜ ਪਿੰਡ ਚੌਂਤੇ ਦੇ ਵਿੱਚ ਪਹੁੰਚੇ ਹਾਂ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਤਕਰੀਬਨ ਜਿਹੜੇ ਨੇ ਉਹ ਕਾਫੀ ਪਿੰਡਾਂ ਦੇ ਵਿੱਚ ਜਿਹੜੀ ਨੇ ਉਹ ਸੋਲਰ ਲਾਈਟਾਂ ਦਾ ਜਿਹੜਾ ਆ ਉਹ ਜੁਗਾੜ ਕੀਤਾ ਗਿਆ ਸੀ ਤੁਸੀਂ ਦੇਖ ਸਕਦੇ ਹੋ ਮੇਰੇ ਉੱਪਰ ਜਿਹੜੀ ਹੈ ਸੋਲਰ ਲਾਈਟ ਜਿਹੜੀ ਆ ਬੜੀ ਵਧੀਆ ਤਰੀਕੇ ਦੇ ਨਾਲ ਜਿਹੜੀ ਚੱਲਦੀ ਪਈ ਹੈ ਔਰ ਪਿੰਡ ਦੇ ਵਿੱਚ ਜਿਹੜੀ ਹੈ ਉਹ ਆਪਣਾ ਜਿਹੜਾ ਚੰਗਾ ਜਿਹੜਾ ਹੋਇਆ ਉਹ ਇਸ ਰਸਤੇ ਨੂੰ ਜਿਹੜਾ ਇੱਕ ਲਾਈਟ ਜਿਹੜੀ ਆ ਉਹ ਪ੍ਰਦਾਨ ਕਰਦੀ ਪਈ ਹੈ ਇਸੇ ਤਰ੍ਹਾਂ ਪਿੰਡ ਦੀਆਂ ਹੋਰ ਵੀ ਜਿਹੜੀਆਂ ਉਪਲਬਧੀਆਂ ਨੇ ਉਹਦੇ ਬਾਰੇ ਵੀ ਗੱਲ ਕਰਾਂਗੇ ਸਾਡੇ ਨਾਲ ਜਿਹੜੇ ਇਸ ਪਿੰਡ ਦੇ ਜੋ ਕਹਿ ਲਓ ਕਿ ਮੋਦਵਾਰ ਜੋ ਸਰਪੰਚ ਨੇ ਜੋ ਦਿਗਵਿਜੇ ਸਿੰਘ ਜੀ ਉਹ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਹੋਰ ਕਿੱਦਾਂ ਦੇ ਜਿਹੜੇ ਕੰਮ ਨੇ ਉਹ ਜਿਹੜੇ ਆ ਇੱਥੋਂ ਦੀ ਸਰਕਾਰ ਮੌਜੂਦਾ ਜਿਹੜੇ MLA ਨੇ ਮੌਜੂਦਾ ਸਰਕਾਰ ਵੱਲੋਂ ਜਿਹੜੇ ਨੇ ਉਹ ਕੀਤੇ ਗਏ ਨੇ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਦਿਗਵਿਜੇ ਜੀ ਤੁਹਾਡਾ ਜੀ ਬਹੁਤ ਬਹੁਤ ਸਰ ਗੱਲ ਕਰੀਏ ਵਿਕਾਸ ਦੀ ਕਿੱਦਾਂ ਦੇ ਵਿਕਾਸ ਜਿਹੜੇ ਨੇ ਇਸ ਪਿੰਡ ਨੂੰ ਮਿਲੇ ਨੇ ਜੀ ਬਹੁਤ ਵਧੀਆ ਵਿਕਾਸ ਮਿਲੇ ਨੇ ਮੈਡਮ ਜੀ ਨੇ ਬਹੁਤ ਸੰਯੋਗ ਦਿੱਤਾ ਸਾਡੇ ਪਿੰਡ ਲਈ ਇੱਕ ਤਾਂ ਸੋਲਰ ਲਾਈਟਾਂ ਜਿਹੜੀ ਉਹਦੀ ਗੱਲ ਕਰੀਏ 42 ਲਾਈਟਾਂ ਪਿੰਡ ਦੇ ਵਿੱਚ ਚੌਂਕਾਂ ਦੇ ਵਿੱਚ ਜਿੱਥੇ ਜਿੱਥੇ ਜ਼ਰੂਰਤ ਬਣਦਾ ਉੱਥੇ ਲਗਾਈਆਂ ਨੇ ਉਹਦੇ ਬਾਅਦ ਗਲੀਆਂ ਦੀ ਗੱਲ ਕਰੀਏ ਕੋਈ 10-12 ਗਲੀਆਂ ਮੇਰੇ ਟਾਈਮ ਦੇ ਵਿੱਚ ਬਣਾ ਦਿੱਤੀਆਂ ਵੱਡੀਆਂ ਵੱਡੀਆਂ ਗਲੀਆਂ ਬਾਕੀ ਦੇਖਿਆ ਤਲਾਅ ਦੇਖਿਆ ਤੁਸੀਂ ਜਿਹੜਾ ਕੇਵਲ ਤਲਾਅ ਦਾ ਕੰਮ ਚੱਲ ਰਿਹਾ ਬਾਕੀ ਅੱਗੇ ਹੋਰ ਵੀ ਸਾਡੇ ਕੋਲ ਕਰਾਂਡਾ ਹੈ ਨਾ ਬਾਕੀ ਸਰਾਂ ਦਾ ਕੰਮ ਹੈ ਇਹਦਾ ਜਾਂ ਪੰਚਾਇਤ ਘਰ ਦਾ ਕੰਮ ਚਲਾਉਣਾ ਬਾਕੀ ਕਾਫੀ ਸੰਯੋਗ ਦੇ ਰਿਹਾ ਸਾਨੂੰ ਬਹੁਤ ਪੈਸਾ ਦੇ ਰਹੀ ਹੈ ਮੈਡਮ ਜੀ ਹੋਰ ਕਿਹੜੇ ਕੰਮ ਨੇ ਜਿਹੜੇ ਪਿੰਡ ਦੇ ਵਿੱਚ ਜਿਹੜੇ ਹੋਏ ਨੇ ਜੀ ਪਿੰਡ 'ਚ ਗਲੀਆਂ ਦਾ ਹੋਇਆ ਅਤੇ ਬਾਕੀ ਤਲਾਅ ਦਾ ਅਤੇ ਸੋਲਰ ਲਾਈਟਾਂ ਲਗਾਈਆਂ ਨੇ ਪਿੰਡ ਦੇ ਵਿੱਚ ਕੋਈ ਗਰਾਊਂਡ ਵਗੈਰਾ ਬਣਾਈ ਗਈ ਹੈ ਜੀ ਗਰਾਊਂਡ ਤਾਂ ਬਣੀ ਦੀ ਹੈ ਜੀ ਬਣਾਈ ਟੋਟਲ ਕਿੰਨੀ ਪਾਪੂਲੇਸ਼ਨ ਕਿੰਨੀ ਹੈਗੀ ਹੈ ਜੀ ਪਿੰਡ ਦੀ ਟੋਟਲ ਕਿੰਨੇ ਵਸਨੀਕ ਇੱਥੇ ਜਿਹੜੇ ਰਹਿੰਦੇ ਨੇ ਜੀ ਉਸ ਤਰ੍ਹਾਂ ਤਾਂ ਕਰੀਬ ਕਰੀਬ ਮਹਿਲ 5-6 ਹਜ਼ਾਰ ਦੇ ਕਰੀਬ 600 ਕੁ ਘਰ ਹੈ ਜੀ ਆਪਣੇ ਪਿੰਡ ਦਾ ਅਤੇ ਜਿਹੜਾ ਕੋਈ 4-5 ਹਜ਼ਾਰ ਦੇ ਕਰੀਬ ਸਰ ਜਿਹੜੀ ਗੱਲ ਕਰੀਏ ਪਿੰਡ ਦੇ ਵਿਕਾਸ ਦੀ ਪਿੰਡ ਦੇ ਵਿਕਾਸ ਨੂੰ ਅਸੀਂ ਜਿਹੜਾ ਦੇਖਿਆ ਥਾਪਰ ਜਿਹੜਾ ਮਾਡਲ ਛੱਪੜ ਹੈ ਉਹ ਵੀ ਜਿਹੜਾ ਆ ਬਣ ਕੇ ਤਿਆਰ ਹੋ ਚੁੱਕਾ ਕੁਝ ਹੱਦ ਤੱਕ ਕੁਝ ਹੱਦ ਤੱਕ ਹੋ ਗਿਆ ਥੋੜਾ ਬਹੁਤਾ ਕੰਮ ਰਹਿ ਗਿਆ ਉਹ ਵੀ ਤਿਆਰ ਹੀ ਹੈ ਸਮਝੋ ਹੋਰ ਸਰ ਕਿਹੜੇ ਕੰਮ ਨੇ ਜਿਹੜੇ ਰਹਿੰਦੇ ਨੇ ਪਿੰਡ ਦੇ ਵਿੱਚ ਜਿਹੜੇ ਤੁਹਾਡੇ ਧਿਆਨ ਦੇ ਵਿੱਚ ਨੇ ਲੋਕਾਂ ਦੀ ਸਹੂਲਤ ਵਾਸਤੇ ਤਾਂ ਚਲੋ ਮਾੜੀ ਮੋਟੀਆਂ ਗਲੀਆਂ ਦਾ ਕੰਮ ਰਹਿ ਗਿਆ ਬਾਕੀ ਹੋ ਹੀ ਗਿਆ ਇੱਕ ਸਾਡੇ ਪਿੰਡ ਦੇ ਦੁਆਲੇ ਪਾਣੀ ਦੇ ਨਿਕਾਸ ਦਾ ਮਸਲਾ ਵੱਡਾ ਠੀਕ ਆ ਚਲੋ ਉਹਦੀ ਵੀ ਕਾਰਵਾਈ ਚੱਲੇ ਕਰ ਰਹੀ ਹੈ ਬਾਕੀ ਇਹ ਪੰਚਾਇਤ ਘਰ ਹੈ ਫਿਰ ਮੜੀਆਂ ਦਾ ਕੰਮ ਹੈ ਸਾਡਾ ਆਉਣੇ ਵਾਲਾ ਉਹਦਾ ਵੀ ਚਲੋ ਚਲਾਵਾਂਗੇ ਕੰਮ ਜੋ ਮੌਜੂਦਾ ਕੈਬਨਿਟ ਮੰਤਰੀ ਅਰੁਣਾ ਚੌਧਰੀ ਜੀ ਵੱਲੋਂ ਔਰ ਜਿਹੜੇ ਹਲਕਾ ਵਿਧਾਇਕ ਵੀ ਨੇ ਔਰ ਕਾਂਗਰਸੀ ਸੀਨੀਅਰ ਜਿਹੜੇ ਨੇਤਾ ਨੇ ਅਸ਼ੋਕ ਚੌਧਰੀ ਜੀ ਉਹਨਾਂ ਵੱਲੋਂ ਜਿਹੜੇ ਕੰਮ ਇੱਥੇ ਕੀਤੇ ਗਏ ਨਾ ਤੁਸੀਂ ਸੈਟਿਸਫਾਈਡ ਹੋ ਜੀ ਉਹਦੇ ਨਾਲ ਬਿਲਕੁਲ ਹਾਂਜੀ ਸੋ ਇਹ ਸਨ ਪਿੰਡ ਦੇ ਸਰਪੰਚ ਨੇ ਜੋ ਉਹਨਾਂ ਦਾ ਇਹੀ ਕਹਿਣਾ ਕਿ ਅਸੀਂ ਜਿਹੜੇ ਇੱਥੇ ਕੰਮ ਜਿਹੜੇ ਮੈਡਮ ਜੀ ਹੁਣਾਂ ਦੁਆਰਾ ਜਿਹੜੇ ਕਰਵਾਏ ਗਏ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜਿਹੜੇ ਕੰਮ ਕੀਤੇ ਗਏ ਨੇ ਉਹ ਪੂਰੇ ਹੀ ਜਿਹੜੇ ਆ ਉਹ ਬਿਲਕੁਲ ਜਿਹੜੇ ਆ ਉਹ ਇਸ 'ਤੇ ਜਿਹੜੇ ਉਹਦੇ ਮਤਲਬ ਲੋਕ ਨੇ ਜਿਹੜੇ ਉਹਨਾਂ ਦੇ ਵਿੱਚ ਜਿਹੜੀ ਖੁਸ਼ੀ ਦੀ ਲਹਿਰ ਹੈ ਔਰ ਪੂਰੀ ਤਰ੍ਹਾਂ ਜਿਹੜੇ ਆ ਲੋਕ ਵੀ ਇਹਨਾਂ ਨੂੰ ਜਿਹੜਾ ਕੋਆਪਰੇਟ ਕਰਦੇ ਆ ਇਸ ਦੇ ਨਾਲ ਨਾਲ ਸਾਡੇ ਨਾਲ ਜਿਹੜੇ ਆ ਹੋਰ ਵੀ ਜਿਹੜੇ ਪਿੰਡ ਦੇ ਮੋਦਵਾਰ ਨੇ ਉਹ ਵੀ ਮੌਜੂਦ ਨੇ ਸਰ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਚੈਨਲ ਦੇ ਉੱਤੇ ਜੀ ਆਇਆ ਉਹ ਥੈਂਕ ਯੂ ਸਰ ਬਹੁਤ ਤੁਹਾਡੀ ਸ਼ੁਕਰਗੁਜ਼ਾਰ ਹਾਂ ਵੀ ਆਪਣੇ ਰਾਜੇਸ਼ ਜੀ ਤੁਹਾਡੀ ਟੀਮ ਜਿਹੜੀ ਨਾ ਪਿੰਡ ਚੌਂਤਾ ਦੇ ਵਿੱਚ ਚੌਂਤਾ ਦੇ ਵਿੱਚ ਜੋ ਆਪਣੇ ਮਾਣਯੋਗ ਮੰਤਰੀ ਜੀ ਨੇ ਅਰੁਣਾ ਚੌਧਰੀ ਜੀ ਉਹਨਾਂ ਨੇ ਜੋ ਪਿੰਡ ਦੇ ਵਿੱਚ ਵਧੀਆ ਕੰਮ ਕੀਤੇ ਨੇ ਉਹਨਾਂ ਦਾ ਸੰਗਿਆਨ ਲੈਣ ਵਾਸਤੇ ਤੁਸੀਂ ਜਿਹੜੇ ਆਏ ਹੋ ਪਿੰਡ 'ਚ ਬਹੁਤ ਵਧੀਆ ਗੱਲ ਹੈ ਜੀ ਸਾਨੂੰ ਬਹੁਤ ਖੁਸ਼ੀ ਹੋਈ ਅੱਜ ਕੱਲ੍ਹ ਸਰ ਸਭ ਤੋਂ ਵੱਡੀ ਮੰਗ ਕੀ ਸੀ ਪਿੰਡ ਦੀ ਜਿਹੜੀ ਮੈਡਮ ਜੀ ਵੱਲੋਂ ਜਿਹੜੀ ਪੂਰੀ ਕੀਤੀ ਗਈ ਜੀ ਸਾਨੂੰ ਵੱਡੀ ਮੰਗ ਇੱਕ ਹੈਗੀ ਸੀ ਵੀ ਬੱਚਿਆਂ ਦੇ ਖੇਡਣ ਨੂੰ ਇੱਕ ਪਲੇਗਰਾਊਂਡ ਉਹ ਸਟੇਡੀਅਮ ਟਾਈਪ ਦੇ ਵਿੱਚ ਜਿਹੜਾ ਨਾ ਬਹੁਤ ਵਧੀਆ ਉਹਦੀ ਗਰਾਊਂਡ ਦੀ ਚਾਰਦੁਆਰੀ ਕਰਕੇ ਸੈੱਡ ਬਣਾ ਕੇ ਸਟੇਡੀਅਮ ਸ਼ਕਲ ਦਾ ਵਧੀਆ ਗਰਾਊਂਡ ਜਿਹੜੀ ਨਾ ਬਣਾ ਕੇ ਦਿੱਤੀ ਹੈ ਜੀ ਉਹਨਾਂ ਨੇ ਗੇਟ ਲੱਗਾ ਸਭ ਕੁਝ ਹੈ ਜੀ ਆਪਣੇ ਪਿੰਡ ਦਾ ਜਿਹੜਾ ਸਕੂਲ ਹੈਗਾ ਉਹਨੂੰ ਸਮਾਰਟ ਸਕੂਲ ਬਣਾ ਤਾ ਜੀ ਉਹਨਾਂ ਨੇ ਬਿਲਕੁਲ ਵਧੀਆ ਸਾਰੀ ਬਿਲਡਿੰਗ ਪੁਰਾਣੀ ਢਾਹ ਕੇ ਨਵੀਂ ਬਿਲਡਿੰਗ ਬਣਾਈ ਹੈ ਜੀ ਉਹਨਾਂ ਨੇ
कोई करोड़ रुपया लगा जी स्कूल के उत्ते जी स्कूल की बिल्डिंग जी बनाई है ना वो पिंड बहुत वधिया दिख मिली है जी उस गल नाल ये सारी अपने मैडम चौधरी मैडम अरना जी होना भी जी ना रहनुमाई जी का नाम रख दे इलेक्शन आ रहे हैं 2022 दे जी 2022 दे इलेक्शन आ रहे हैं किते के कम्मा दे आधार ते जिहड़ा आ ओ लोकां ने जिहड़ा फैसला चुनना है कितना देखदे हो 2022 दे बिल्कुल 2022 दे विच इलेक्शन आ रहे हैं बिल्कुल कोई गल नहीं जी असीं तैयार हां उस गल वास्ते क्योंकि मैडम जी ने साडे जिहड़े मंत्री जी ने MLA भी हैगे ने जां उहनां दे हसबैंड जिहड़े बाबू सुख चौधरी जी ने जिहड़े उन्हां दी रहनुमाई दे थले पिंडां दे विच जिहड़ा कम्म होया है बहुत वधिया कम्म होया ना ते चंगे कम्म होए ना असीं बिल्कुल खुश हैगे उहनां दे कम्मां दे उत्तों ते पिंड वासी भी जिहड़ा साडे बहुत खुश है सर होर जिहड़े काम इत्थे जिहड़े नौजवानां लई की कीता गया जी नौजवानां लई की उपराले कीते गए नौजवानां वास्ते पिंड दे विच वधिया खेडण वास्ते स्टेडियम टाइप जिहड़ा ग्राउंड बनाई गई है छोटे जिहड़े बच्चे उत्थे खेडदे ने उहनां नूं वालीबाल खेडण वालिआं नूं वालीबाल दीआं पिछले साल 2 किटां उहनां दित्तीआं है जी ਐਤਕੀ ਉਹਨਾਂ ਨੇ 2 ਕਿੱਟਾਂ ਜਿਹੜੀਆਂ ਨਾ ਕ੍ਰਿਕਟ ਦੀਆਂ ਦਿੱਤੀਆਂ ਨੇ ਉਹਨਾਂ ਨੇ ਕ੍ਰਿਕਟ ਦੇ ਐਤੀ ਕ੍ਰਿਕਟ ਦੀ ਮੰਗ ਕਰਦੇ ਸੀ ਮੁੰਡੇ 2 ਕਿੱਟਾਂ ਉਹਨਾਂ ਨੂੰ ਕ੍ਰਿਕਟ ਦੀਆਂ ਲਿਆ ਕੇ ਦਿੱਤੀਆਂ ਨੇ ਜੀ ਉਹ ਮੈਡਮ ਉਹਨਾਂ ਦੀ ਸਾਰੇ ਹੈਗੀ ਹੈ ਜੀ ਬਾਜ਼ੀ ਉਹਨਾਂ ਦੀ ਬਾਜ਼ੀ ਨਾਲ ਕੰਮ ਹੋਇਆ ਜੀ ਅਖੀਰ ਦੇ ਵਿੱਚ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਨੇ ਔਰ ਜਾਂ ਲਾਗੇ ਛਾਗੇ ਦੇ ਪਿੰਡਾਂ ਦੇ ਜਿਹੜੇ ਵਿਕਾਸ ਨੇ ਉਹ ਵੀ ਇਦਾਂ ਹੀ ਹੋਏ ਨੇ ਜੀ ਬਿਲਕੁਲ ਉਹਨਾਂ ਨੇ ਕਿਸੇ ਵੀ ਪਿੰਡ ਨਾਲ ਕੋਈ ਵਿਤਕਰਾ ਨਹੀਂ ਕੀਤਾ ਜੀ ਮੈਂ ਤੁਹਾਨੂੰ ਇੱਕ ਮੋਟੀ ਜਿਹੀ ਮਿਸਾਲ ਦਿੰਦਾ ਮੇਰੇ ਲਾਗੇ ਇੱਕ ਪਿੰਡ ਹੈਗਾ ਜੀ ਜੰਡੀ ਜੰਡੀ ਪਿੰਡ ਦੇ ਵਿੱਚ ਜਿਹੜੀ ਪੰਚਾਇਤ ਹੈਗੀ ਆ ਉਹ BJP ਦੀ ਬਣੀ ਹੈਗੀ ਆ ਪਰ ਜਦੋਂ ਪਿੱਛੇ ਗ੍ਰਾਂਟ ਆਈ ਸੀ ਸਾਰਿਆਂ ਨੂੰ ਪਹਿਲਾਂ 21 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਨੇ ਪਿੰਡ ਜੰਡੀ ਨੂੰ ਦਿੱਤੀ ਗਈ ਜਦੋਂ ਕਿ ਸਰਪੰਚ ਦੂਜਾ ਹੈਗਾ ਸੀ ਪੰਚਾਇਤ ਦੂਜੀ ਆ ਸੀਗੀ ਪਰ ਉਹ ਉਹਦਾ ਮਤਲਬ ਇਹ ਹੈ ਵੀ ਪਿੰਡ ਦੇ ਵਿੱਚ ਲੋਕ ਕੋਈ ਜ਼ਰੂਰੀ ਨਹੀਂ ਹੈ ਕੌਣ ਰਹਿੰਦਾ ਉੱਥੇ ਕੌਣ ਨਹੀਂ ਰਹਿੰਦਾ ਉਹ ਕਿਸ ਪਾਰਟੀ ਨਾਲ ਸੰਬੰਧਿਤ ਹੈਗਾ ਪਰ ਉਹਨਾਂ ਨੂੰ ਜੋ ਸਰਕਾਰ ਦੀਆਂ ਸਹੂਲਤਾਂ ਨੇ ਉਹ ਤਾਂ ਮਿਲਣੀਆਂ ਚਾਹੀਦੀਆਂ ਨਾ ਉਹਨਾਂ ਨੇ ਕੋਈ ਵਿਤਕਰਾ ਨਹੀਂ ਕੀਤਾ ਉਹਨਾਂ ਨੂੰ ਵਧੀਆ ਢੰਗ ਨਾਲ ਸਾਰੀਆਂ ਸਹੂਲਤਾਂ ਜਿਹੜੀਆਂ ਨੇ ਦੇ ਰਹੇ ਕੁਛ ਵਿਰੋਧੀ ਧਿਰ ਵੱਲੋਂ ਜਿਹੜੀਆਂ ਨੇ ਤੁਸੀਂ ਦੇਖਦੇ ਤੁਸੀਂ ਵੀ ਸੋਸ਼ਲ ਮੀਡੀਆ ਦੇ ਨਾਲ ਜਿਹੜੇ ਆ ਉਹ ਅਟੈਚਡ ਹੋ ਇਹ ਕੁਛ ਵੀਡੀਓ ਜਿਹੜੀਆਂ ਨੇ ਉਹ ਵਾਇਰਲ ਕੀਤੀਆਂ ਜਾ ਰਹੀਆਂ ਨੇ ਉਹਦੇ ਵਿੱਚ ਜਿਹੜਾ ਆ ਬੜੇ ਲੈ ਲਓ ਕਿ ਲੰਬੇ ਹੱਥੀ ਜਿਹੜਾ ਆ ਉਹ ਲਿਆ ਜਾ ਰਿਹਾ ਮੈਡਮ ਉਹਨਾਂ ਨੂੰ ਕਿੱਦਾਂ ਦੇਖਦੇ ਹੋ ਉਸ ਚੀਜ਼ ਨੂੰ ਕਿ ਉਹ ਕਹਿੰਦੇ ਕਿ ਕੰਮ ਕਿੱਥੇ ਨੇ ਅਸੀਂ ਇਸ ਟਾਈਮ 'ਤੇ ਪਿੰਡ 'ਚ ਮੌਜੂਦ ਹਾਂ ਬਿਲਕੁਲ ਤੁਸੀਂ ਕਿੱਦਾਂ ਦੇਖਦੇ ਹੋ ਉਸ ਚੀਜ਼ ਨੂੰ ਉਹ ਜਿਹੜੇ ਵਿਰੋਧੀ ਧਿਰ ਜਿਹੜੀ ਇੱਦਾਂ ਦੀਆਂ ਵੀਡੀਓ ਪਾਉਂਦੇ ਨੇ ਕੀ ਸੰਦੇਸ਼ ਦੇਣਾ ਚਾਹੁੰਦੇ ਉਹਨਾਂ ਨੂੰ ਜੀ ਜੀ ਮੈਂ ਉਹਨਾਂ ਬੰਦਿਆਂ ਨੂੰ ਬਿਲਕੁਲ ਝੂਠਾ ਔਰ ਗਲਤ ਬੰਦਿਆਂ ਨੂੰ ਕਰਾਰ ਦਿਆਂਗਾ ਉਹਨਾਂ ਨੂੰ ਜਿਹੜਾ ਕਿ ਉਹ ਜੋ ਗੱਲ ਉਹਨਾਂ ਨੇ ਕੀਤੀ ਹੈਗੀ ਆ ਬਿਲਕੁਲ ਸਰਾਸਰ ਗਲਤ ਹੈਗੀ ਉਹਦਾ ਕਾਰਨ ਇਹ ਹੈ ਵੀ ਪਿੰਡਾਂ 'ਚ ਜਾ ਕੇ ਦੇਖੋ ਸ਼ਹਿਰਾਂ 'ਚ ਜਾ ਦੇਖੋ ਤੁਸੀਂ ਦੇਖਿਆ ਉਹ ਜਿਹੜਾ ਓਵਰਬ੍ਰਿਜ ਰੇਲਵੇ ਓਵਰਬ੍ਰਿਜ ਬਣ ਰਿਹਾ ਉਹ ਕੰਮ ਹੀ ਹੈ ਜੀ ਪੈਸਿਆਂ ਨਾਲ ਹੋ ਰਿਹਾ ਉਹ ਮੁਫਤ 'ਤੇ ਨਹੀਂ ਹੋ ਰਿਹਾ ਜੀ ਸਰਕਾਰ ਹੀ ਕਰ ਰਹੀ ਹੈ ਇਹੋ ਸਰਕਾਰ ਕਰ ਰਹੀ ਹੈ ਜਿਹੜੀ ਮੌਕੇ ਦੀ ਜਿਹੜੀ ਸਰਕਾਰ ਹੈਗੀ ਉਹੀ ਕਰ ਰਹੀ ਹੈ ਜੀ ਸਾਡਾ ਇਹ ਜਿਹੜਾ ਸੀਮਟਡ ਜਿਹੜਾ ਨਾ ਮੀਰਥਲ ਤੋਂ ਦਿਲਨਗਰ ਰੋਡ ਜਿਹੜਾ ਨਾ ਸੀਮਟਡ ਰੋਡ ਬਣ ਰਿਹਾ ਕਰੋੜਾਂ ਰੁਪਇਆਂ ਦਾ ਖਰਬਾਂ ਰੁਪਇਆ ਜਿਹੜਾ ਰੋਡ ਦੇ ਉੱਤੇ ਲੱਗ ਰਿਹਾ ਬੜੀ ਦੇਰ ਤੋਂ ਸਾਲ ਹੋ ਗਿਆ ਕੰਮ ਲੱਗੇ ਦੇ ਅਜੇ ਵੀ ਕੋਈ 6 ਮਹੀਨੇ ਜਿਹੜੇ ਨਾ ਲੱਗ ਜਾਣੇ ਇਹਨੂੰ ਤਿਆਰ ਕਰਨ ਵਾਸਤੇ ਬੜੇ ਚੰਗੇ ਢੰਗ ਨਾਲ ਜਿਹੜਾ ਨਾ ਉਹਦੀ ਤਿਆਰੀ ਹੋ ਰਹੀ ਹੈ ਉਹ ਸਾਰੀ ਉਹਨਾਂ ਦੀ ਰਹਿਨੁਮਾਈ ਥੱਲੇ ਹੁੰਦੀ ਰਹੀ ਹੈ ਜੀ ਕੌਣ ਕਰ ਰਿਹਾ ਹੈ ਵਿਰੋਧੀਆਂ ਨੂੰ ਹਾਲਤ ਹੁੰਦੀ ਹੈ ਉਹ ਮਤਲਬ ਕੰਮ ਉਹ ਰੋਕਣਾ ਚਾਹੁੰਦੇ ਨੇ ਵੀ ਸਾਡੇ ਤੋਂ ਗੁੱਸਾ ਕਰਕੇ ਵੀ ਕੰਮ ਅੱਗੇ ਜਿਹੜਾ ਨਾ ਤਰੱਕੀ ਨਾ ਕਰਨ ਤਾਂ ਕਿ ਕੱਲ੍ਹ ਨੂੰ ਇਹਨਾਂ ਨੇ ਮੰਤਰੀ ਬਣ ਜਾਣਾ ਕੱਲ੍ਹ ਨੂੰ ਮੁੜ ਕੇ ਬਣ ਜਾਣਾ ਇਹਨਾਂ ਨੇ MLA ਬਣ ਜਾਣਾ ਉਸ ਗੱਲ ਨੂੰ ਰੋਕਣ ਵਾਸਤੇ ਪਰ ਉਹਨਾਂ ਨੂੰ ਰੋਕਿਆ ਕਿੱਦਾਂ ਜਾ ਸਕਦਾ ਹੋ ਅੱਗੇ ਪਰ ਕਿ ਇਨਸਾਨੀਅਤ ਦੇ ਨਾਤੇ ਅਸੀਂ ਤੁਹਾਨੂੰ ਇੱਕ ਮੈਸੇਜ ਇੱਕ ਸਵਾਲ ਪੁੱਛਦੇ ਹਾਂ ਕਿ ਤੁਸੀਂ ਕਾਫੀ ਜਿਹੜੀਆਂ ਨੇ ਸਰਕਾਰਾਂ ਹੰਡਾਈਆਂ ਨੇ ਇਸ ਪਿੰਡ ਦੇ ਵਿੱਚ ਤੇ ਜਿੱਦਾਂ ਹੁਣ ਵਿਕਾਸ ਹੁੰਦੇ ਪਏ ਨੇ ਇਸ ਸਮੇਂ ਦੇ ਵਿੱਚ ਜੋ ਮੈਡਮ ਹੋਣਾ ਦੀ ਰਹਿਨੁਮਾਈ ਹੇਠ ਹੁੰਦੇ ਪਏ ਨੇ ਪਹਿਲੇ ਕਦੀ ਇੱਦਾਂ ਦੇ ਵਿਕਾਸ ਦੀ ਹਨੇਰੀ ਆਈ ਹੈ ਜੀ ਦੇਖੋ ਜੀ ਮੈਂ ਤੁਹਾਨੂੰ ਇੱਕ ਮੋਟੀ ਜਿਹੀ ਮਿਸਾਲ ਦਿੰਦਾ ਇੱਕ ਵਿਕਾਸ ਦੀ 5 ਸਾਲ ਵਿੱਚੋਂ ਇੱਕ ਸਰਕਾਰ ਬਣੀ ਸੀ ਦੂਸਰੀ ਸਰਕਾਰ ਬਣੀ ਸਾਡਾ MLA ਤੇ ਦੂਜਾ ਬਣ ਗਿਆ ਸੀ ਕਿਸੇ ਵਜ੍ਹਾ ਕਰਕੇ ਉਹ 5-7 ਵੋਟਾਂ ਤੋਂ ਸਾਡੀ ਮੈਡਮ ਜੀ ਹਾਰ ਗਏ ਸੀ ਠੀਕ ਹੈ ਗੱਲ ਉਸ ਟਾਈਮ ਦੇ ਵਿੱਚ ਸੜਕ ਇਹਨਾਂ ਨੇ ਇਹੋ ਹੀ ਬਣਾ ਕੇ ਗਏ ਸੀ ਸਾਡੀ ਸੜਕ ਇਹੋ ਹੀ ਪਿੰਡਾਂ ਦੀਆਂ ਸੜਕਾਂ ਬਣਾ ਕੇ ਗਈ ਇਹਨਾਂ ਨੇ ਆਣ ਕੇ ਦੁਬਾਰਾ ਉਹਨਾਂ ਨੂੰ ਰਿਪੇਅਰ ਕੀਤਾ ਸੀ ਜਦੋਂ ਕਿ ਉਹ ਜਿਹੜੀ 5 ਸਾਲ ਸਰਕਾਰ ਰਹੀ ਹੈ ਉਹਨਾਂ ਨੇ ਕਿਸੇ ਵੀ ਮਤਲਬ ਸੜਕ ਦੇ ਉੱਤੇ 5 ਤੱਕ ਨਹੀਂ ਲਾਇਆ ਤੁਸੀਂ ਦੱਸੋ ਵੀ ਵਿਕਾਸ ਕਿਹਨੂੰ ਆਖਦੇ ਨੇ ਲੋਕਾਂ ਨੂੰ ਪਾਣੀ ਬਿਜਲੀ ਸੜਕਾਂ ਗਲੀਆਂ ਇਹੋ ਚੀਜ਼ਾਂ ਚਾਹੀਦੀਆਂ ਕਿਤੇ ਮੈਡਮ ਉਹਨਾਂ ਦੇ ਕਿਤੇ ਕੰਮ ਬੋਲਦੇ ਆ ਬਿਲਕੁਲ ਕਿਉਂ ਬੋਲਦੇ ਆ ਜੀ ਬੋਲਦੇ ਕਿਉਂ ਨਹੀਂ ਬੋਲਦੇ ਉਹਨਾਂ ਦੇ ਕੰਮ ਉਹਨਾਂ ਨੂੰ ਉਹ ਕਦੇ ਕਿਸੇ ਨੂੰ ਮਤਲਬ ਕੋਈ ਵੀ ਬਣਾ ਉਹਨਾਂ ਕੋਲ ਚੱਲ ਜਾਵੇ ਕਿਸੇ ਨੂੰ ਨਾ ਹੀ ਨਹੀਂ ਕਰਦੇ ਕੋਈ ਟੈਨਸ਼ਨ ਵਾਲੀ ਗੱਲ ਹੀ ਨਹੀਂ ਹੈਗੀ ਵੱਡੀ ਗੱਲ ਇਹ ਹੈ ਵੀ ਜਿਹੜੇ ਸਾਡੇ ਗਾਉਂਦੀ ਹੈਗੇ ਨੇ ਅਸ਼ੋਕ ਚੌਧਰੀ ਜੀ ਮੈਡਮ ਅਤੇ ਜਿਹੜੇ ਮੰਤਰੀ ਤਾਂ ਹੈਗੇ ਨੇ ਜਿਹੜੇ ਅਸ਼ੋਕ ਚੌਧਰੀ ਜੀ ਨੇ ਉਹ ਪੰਜਾਬ ਲੈਵਲ ਦੇ ਅਫਸਰ ਰਹਿ ਚੁੱਕੇ ਉਹਨਾਂ ਨੂੰ ਪਤਾ ਵੀ ਕੰਮ ਕਿੱਦਾਂ ਹੁੰਦੇ ਆ ਕੋਈ ਵੀ ਤੁਸੀਂ ਮੈਂ ਕਹਿੰਦਾ ਵੀ ਝਾਂਤੀ ਮਾਰ ਕੇ ਦੇਖ ਲਿਓ ਸਾਰੇ ਪੰਜਾਬ ਦੇ ਵਿੱਚ ਇੰਨਾ ਕਿਸੇ ਵੀ MLA ਨੇ ਇੰਨਾ ਕਿਸੇ ਵੀ ਮੰਤਰੀ ਨੇ ਆਪਣੇ ਏਰੀਏ ਦੇ ਵਿੱਚ ਕੰਮ ਨਹੀਂ ਕਰਾਇਆ ਹੋਏਗਾ ਜਿਸ ਢੰਗ ਨਾਲ ਵਧੀਆ ਢੰਗ ਨਾਲ ਜਿਹੜੇ ਉਹਨਾਂ ਨੇ ਕੰਮ ਕਰਾਇਆ ਇਸ ਤਰ੍ਹਾਂ ਅਸੀਂ ਜਿਹੜਾ ਆ ਪਿੰਡ ਜਿਹੜਾ ਚੁਣਤਾ ਹੈ ਉਹਦੀ ਜਿਹੜੀ ਪਲੇ ਗਰਾਊਂਡ ਦੇ ਵਿੱਚ ਜਿਹੜਾ ਪਹੁੰਚੇ ਹੈ ਔਰ ਲਗਭਗ ਜਿਹੜੀ ਹੈ 2.25 ਕਿੱਲੇ ਦੇ ਕਰੀਬ ਜਿਹੜੀ ਹੈ ਉਹ ਜਗ੍ਹਾ ਦੇ ਵਿੱਚ ਜਿਹੜੀ ਹੈ ਗਰਾਊਂਡ ਜਿਹੜੀ ਹੈ ਬਣ ਕੇ ਤਿਆਰ ਹੋਈ ਹੈ ਔਰ ਇੱਥੇ ਅਸੀਂ ਆਏ ਸੀ ਕੁਝ ਨੌਜਵਾਨ ਵਰਕਆਊਟ ਕਰ ਰਹੇ ਸੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿੱਦਾਂ ਦੀ ਜਿਹੜੀ ਉਹਨਾਂ ਦੀ ਜ਼ਰੂਰਤ ਸੀ ਉਹ ਜਿਹੜੀ ਹੈ ਇਹਨਾਂ ਵੱਲੋਂ ਜਿਹੜੀ ਪਿੰਡ ਵੱਲੋਂ ਪਿੰਡ ਦੇ ਸਰਪੰਚ ਵੱਲੋਂ ਔਰ ਕੈਬਨਿਟ ਮੰਤਰੀ ਅਰੁਣਾ ਚੌਧਰੀ ਵੱਲੋਂ ਜਿਹੜੀ ਹੈ ਉਹ ਪੂਰੀ ਕੀਤੀ ਗਈ ਹੈ ਹਾਂਜੀ ਸਰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ
ਕੀ ਕਹਿਣਾ ਚਾਹੁੰਦੇ ਹੋ ਮਤਲਬ ਪਿੰਡ ਨੂੰ ਜਿਹੜੀ ਐਡੀ ਤਗੜੀ ਜਿਹੜੀ ਗਰਾਊਂਡ ਦਿੱਤੀ ਗਈ ਹੈ ਕਿੱਦਾਂ ਦੇਖਦੇ ਹੋ ਇਸ ਚੀਜ਼ ਨੂੰ ਔਰ ਕਿੱਦਾਂ ਦੀਆਂ ਜਿਹੜੀ ਆ ਤੁਹਾਡੀਆਂ ਜ਼ਰੂਰਤਾਂ ਸੀ ਉਹ ਇਸ ਗਰਾਊਂਡ ਨਾਲ ਜਿਹੜੀਆਂ ਪੂਰੀਆਂ ਹੋਈਆਂ ਨੇ ਸਰ ਬਹੁਤ ਵਧੀਆ ਇਸ ਵੇਲੇ ਤਾਂ ਮੁੰਡੇ ਬਹੁਤ ਵਧੀਆ ਆ ਰਹੇ ਨੇ ਇਸ ਗਰਾਊਂਡ ਦੇ ਵਿੱਚ ਟਾਈਮ ਦੇ ਟਾਈਮ ਤਾਂ ਗਰਾਊਂਡ ਬਹੁਤ ਵਧੀਆ ਜੀ ਤੁਸੀਂ ਦੇਖਦੇ ਪਏ ਹੋ ਅਤੇ ਬਾਕੀ ਇਹ ਹੈ ਕਿ ਮੈਡਮ ਨੇ ਜੋ ਵੀ ਹੈ ਟਾਈਮ ਟੂ ਟਾਈਮ ਸਭ ਕੁਛ ਸੁਵਿਧਾ ਸਾਨੂੰ ਮਿਲਦੀ ਪਈ ਹੈ ਕਿੱਦਾਂ ਦੇ ਜਿਹੜੇ ਕੰਮ ਨੇ ਇੱਥੇ ਗਰਾਊਂਡ ਦੇ ਵਿੱਚ ਤੁਸੀਂ ਮਤਲਬ ਪਲੇਅ ਕਰਦੇ ਹੋ ਪਲੇਅ ਦੇ ਵਿੱਚ ਜਿੱਦਾਂ ਹੁਣ ਸਟੇਡੀਅਮ ਬਣਿਆ ਸਾਡਾ ਲਾਈਟ ਲਾ ਦਿੱਤੀ ਹੈ ਹੋਰ ਚਾਰ ਦੀਵਾਰੀ ਹੋਈ ਪਈ ਹੈ ਪੂਰੀ ਗਰਾਊਂਡ ਦੀ ਅਤੇ ਜੁਆਇੰਟ ਮਤਲਬ ਕਿ ਉਹ ਹੈ ਗਰਾਊਂਡ ਹੈ ਸਕੂਲ ਦੀ ਅਤੇ ਪਿੰਡ ਦੀ ਕਿੰਨੀ ਏਜ ਹੋ ਗਈ ਹੈ ਤੁਹਾਡੀ ਸਰ ਮੇਰੀ ਏਜ 35 ਹੋ ਗਈ 35 ਕਾਫੀ ਸਰਕਾਰਾਂ ਤੁਸੀਂ ਆਉਂਦੀਆਂ ਜਾਂਦੀਆਂ ਵੇਖੀਆਂ ਹੋਣਗੀਆਂ ਇਸ ਪਿੰਡ ਦੇ ਵਿੱਚ ਹਾਂਜੀ ਅਤੇ ਮਤਲਬ ਪਹਿਲਾਂ ਕਦੀ ਇੱਦਾਂ ਦੇ ਵਿਕਾਸ ਦੇ ਕੰਮ ਦੇਖੇ ਆ ਜਿਹੜੇ ਹੁਣ ਹੋਏ ਨੇ ਜੀ ਨਹੀਂ ਜੀ ਇਹ ਹੁਣ 3-4 ਸਾਲ ਤੋਂ ਨਾ ਬਹੁਤ ਵਧੀਆ ਕੰਮ ਹੋ ਰਿਹਾ ਜੀ ਤੁਸੀਂ ਸੈਟੀਸਫਾਈਡ ਹੋ ਆਪਣੇ ਸਰਪੰਚ ਸਾਹਿਬ ਨਾਲ ਔਰ ਹਾਂਜੀ ਹਾਂਜੀ ਸਰ ਜੀ ਉਹ ਇਹ ਸਨ ਕੁਛ ਨੌਜਵਾਨ ਜਿਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਜਿਹੜਾ ਆ ਬਿਲਕੁਲ ਜਿਹੜਾ ਆ ਉਹ ਸੈਟੀਸਫਾਈਡ ਹੈਗੇ ਹਾਂ ਕਿ ਜੋ ਸਾਡੇ ਸਰਪੰਚ ਸਾਹਿਬ ਨੇ ਜਾਂ ਮਤਲਬ ਕੈਬਨਿਟ ਮੰਤਰੀ ਅਰੁਣਾ ਚੌਧਰੀ ਵੱਲੋਂ ਔਰ ਬਹੁ ਸ਼ੋਕ ਜੀ ਚੌਧਰੀ ਵੱਲੋਂ ਜਿਹੜਾ ਇੱਥੇ ਜਿਹੜੇ ਉਪਰਾਲੇ ਕੀਤੇ ਗਏ ਨੇ ਪੁਰਜ਼ੋਰ ਅਸੀਂ ਜਿਹੜਾ ਆ ਉਹਦਾ ਸਮਰਥਨ ਕਰਦੇ ਹਾਂ ਔਰ ਸਾਡੇ ਦੇ ਵਿੱਚ ਜਿਹੜਾ ਆ ਉਹ ਖੁਸ਼ੀ ਦੀ ਲਹਿਰ ਹੈ ਕਾਫੀ ਜਿਹੜੀਆਂ ਨੇ ਸਰਕਾਰਾਂ ਹੰਢਾਈਆਂ ਨੇ ਪਰ ਪਿਛਲੇ ਜਿਹੜੇ 3-4 ਸਾਲਾਂ ਤੋਂ ਜਿਹੜਾ ਆ ਉਹ ਇੱਥੇ ਵਿਕਾਸ ਦੇ ਕੰਮਾਂ ਦੀ ਲਾ ਲਓ ਕਿ ਹਨੇਰੀ ਜਿਹੜੀ ਆਈ ਹੋਈ ਹੈ ਸੋ ਸਾਡੇ ਅੱਜ ਇੱਥੇ ਆਉਣ ਦਾ ਮਕਸਦ ਇੱਕ ਹੀ ਸੀ ਕਿ ਅਸੀਂ ਸ਼ਹਿਰ ਦੇ ਵਿੱਚ ਜਿਹੜਾ ਆ ਹਮੇਸ਼ਾ ਕਵਰੇਜ ਜਿਹੜੀ ਆ ਉਹ ਕਰਦੇ ਹਾਂ ਕਿ ਉੱਥੇ ਤੁਸੀਂ ਲਾ ਲਓ ਕਿ ਕੈਬਨਿਟ ਮੰਤਰੀ ਦੀ ਰਹਿਮ ਮੰਗਾਈ ਹੇਠ ਜਿਹੜਾ ਆ ਉਹ ਇੱਕ ਜਿਹੜੀ ਆ ਸਬ ਡਿਵੀਜ਼ਨ ਦਾ ਜਿਹੜਾ ਦਰਜਾ ਮਿਲਿਆ ਉਹ ਮਿਲਿਆ ਸਭ ਤੋਂ ਵੱਡੀ ਜਿਹੜੀ ਦੀਨਾਨਗਰ ਦੀ ਉਪਲਬਧੀ ਦੀ ਗੱਲ ਹੈ ਕਿ PB99 ਨੰਬਰ ਜਿਹੜਾ ਹੈ ਉਹ ਇਸ਼ੂ ਕੀਤਾ ਗਿਆ ਹੈ ਔਰ ਦੂਜੇ ਨੰਬਰ 'ਤੇ ਜੇ ਦੂਜੇ ਪਾਸੇ ਜਾਈਏ ਤਾਂ ਅਸੀਂ ਇੱਕ ਫਲਾਈਓਵਰ ਜਿਹੜਾ ਬਣਦਾ ਪਿਆ ਹੈ ਉਹ ਵੀ ਜਿਹੜਾ ਕਾਫੀ ਕੀਮਤ ਦੇ ਨਾਲ ਕਾਫੀ ਲਾਗਤ ਦੇ ਨਾਲ ਜਿਹੜਾ ਨਾ ਉਹ ਮੈਡਮ ਨੇ ਜਿਹੜਾ ਆ ਦੀਨਾਨਗਰੀਆਂ ਦੀ ਝੋਲੀ ਦੇ ਵਿੱਚ ਲਿਆ ਕੇ ਜਿਹੜੀ ਉਹ ਸੌਗਾਤ ਜਿਹੜੀ ਆ ਉਹ ਪਾਈ ਹੈ ਔਰ ਇੱਥੋਂ ਜਿਹੜਾ ਸੀਮੇਂਟਡ ਰੋਡ ਜਿਹੜਾ ਆ ਉਹ ਪਿੰਡਾਂ ਦੇ ਵਿੱਚੋਂ ਜਿਹੜਾ ਆ ਉਹ ਬਣਦਾ ਪਿਆ ਆ ਔਰ ਕਾਫੀ ਲੋਕਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜੀ ਆ ਉਹ ਖੁਸ਼ੀ ਦੀ ਲਹਿਰ ਹੈ ਮੈਡਮ ਦੇ ਕੰਮਾਂ ਨੂੰ ਦੇਖਦੇ ਹੋਏ ਸੋ ਅਸੀਂ ਜਿਹੜੀ ਆ ਹੋਰ ਵੀ ਪਿੰਡਾਂ ਦੀ ਜਿਹੜੀ ਕਵਰਿੰਗ ਹੈ ਉਹ ਹੋਰ ਵੀ ਪਿੰਡਾਂ ਦੇ ਵਿੱਚ ਜੋ ਮੈਡਮ ਕਹਿੰਦੇ ਨੇ ਜੋ ਬਹੁ ਅਸ਼ੋਕ ਜੀ ਕਹਿੰਦੇ ਨੇ ਤੁਹਾਡੀਆਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀਆਂ ਤਸਵੀਰਾਂ ਜਿਹੜੀ ਆ ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਕੈਮਰਾਮੈਨ ਮੁਕੇਸ਼ ਹਲੂਣਾ ਦੇ ਨਾਲ ਮੈਂ ਰਾਜੇਸ਼ ਹਲੂਣਾ NKNTV ਦੀਨਾਨਗਰ ਭਾਰਤ ਵਿੱਚ ਪਹਿਲੀ ਵਾਰ ਸ਼ੁੱਧ ਜਲ ਲੰਗਰ ਸੇਵਾ ਸ਼ੁਰੂ ਪਿਓਰ ਵਾਟਰ ਹੈਲਥੀ ਲਾਈਫ NGO ਆਸਟ੍ਰੇਲੀਆ ਵੱਲੋਂ ਭਾਰਤ ਦੇ ਪਿੰਡਾਂ ਵਿੱਚ ਹਰ ਵਰਗ ਨੂੰ ਪੀਣ ਵਾਲਾ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਦੀ ਮੁਹਿੰਮ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਪਰੋ ਮਜਾਰਾ ਰਾਣੂਆ ਤੋਂ ਸ਼ੁਰੂ NRI ਤੇ ਦਾਨੀ ਸੱਜਣਾਂ ਨੂੰ ਅਪੀਲ ਕਿ ਆਓ ਦੇਸ਼ ਵਾਸੀਆਂ ਨੂੰ ਪੀਣ ਵਾਲੇ ਪਾਣੀ ਤੋਂ ਲੱਗਣ ਵਾਲੀਆਂ 80% ਬਿਮਾਰੀਆਂ ਜਿਵੇਂ ਟਾਈਫਾਈਡ ਪੇਟ ਗੈਸ ਪੀਲੀਆ ਜੋੜਾਂ ਦਾ ਦਰਦ ਕਬਜ ਬੁਖਾਰ ਤੇ ਕੈਂਸਰ ਤੋਂ ਬਚਾਈਏ ਸਲਾਹ ਤੇ ਸਹਿਯੋਗ ਕਰਨ ਲਈ ਸੰਪਰਕ ਨੰਬਰ ਪਰਮਜੀਤ ਸਿੰਘ ਰਾਣਾ ਪੰਜਾਬ 70098073 ਅਤੇ ਰਘੁਵੀਰ ਸਿੰਘ ਆਸਟ੍ਰੇਲੀਆ 042 67 59 463